ਚੰਨੀ ਸਾਹਿਬ ਨੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਾਂਝ ਕੀਤੀਆਂ। ਮੈਂ ਤੁਹਾਨੂੰ ਦੋ ਤਿੰਨ ਗੱਲਾਂ ਪਹਿਲਾਂ ਚੰਨੀ ਸਾਹਿਬ ਬਾਰੇ ਜ਼ਰੂਰ ਕਹਿਣਾ ਚਾਹੁੰਦਾ। ਤੁਸੀਂ ਜੋ ਚੰਨੀ ਸਾਹਿਬ ਨੂੰ ਮੇਰੇ ਤੋਂ ਵੱਧ ਚੰਗੇ ਤਰੀਕੇ ਨਾਲ ਜਾਣਦੇ ਹੋ, ਨੇੜੇ ਤੋਂ ਜਾਣਦੇ ਹੋ, ਇਹ ਇੱਕ ਕਾਬਲ ਇਨਸਾਨ ਹੈ ਜਿਸਨੇ ਜ਼ਮੀਨ ਤੋਂ ਰਾਜਨੀਤੀ ਸ਼ੁਰੂ ਕਰਕੇ ਰਾਜਨੀਤੀ ਨੂੰ ਜ਼ਮੀਨ ਪੱਧਰ ਤੇ ਸਮਝ ਕੇ ਰਾਹੁਲ ਗਾਂਧੀ ਦੇ ਨੇੜੇ ਮੈਂ ਵੀ ਹੁਣੇ ਸੀ ਤਿੰਨ ਦਿਨ ਪਹਿਲਾਂ ਜਦੋਂ ਰਾਤ ਨੂੰ ਧਰਨਾ ਲੱਗਿਆ, ਸਵੇਰੇ ਜਮਾਤ ਕਰਾਉਣੀ ਸੀ, ਹੀਰੇ ਨਾਲੇ ਸੜਕ ਕਰਾਉਣੀ ਹੋਈ ਹੈ। ਮੈਂ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦਾ, ਐਸੀ ਬੜਾ ਜਦੋ ਜਹਿਦ ਤੇ ਸੰਘਰਸ਼ ਕਰਕੇ ਇਹ ਜਿਹੜਾ ਦਰਿਆ ਹੈ ਇਹ ਤੇ ਪੁਲ ਪਾਸ ਕੀਤਾ, 115 ਕਰੋੜ ਰੁਪਇਆ ਇਹਨਾਂ ਨੇ ਸਾਨੂੰ ਪਾਸ ਕਰਕੇ ਦਿੱਤਾ। ਜੀਰਾ ਆਪਾਂ ਨੇ ਨੀਂਹ ਪੱਥਰ ਰੱਖਿਆ ਪਿਛਲੇ 5 ਸਾਲਾਂ ਦੇ ਵਿੱਚ, ਇਹ ਸਿੰਘਾਂ ਜੀ ਦਾ ਯੋਗਦਾਨ ਹੈ।